ਜਿੰਦਾਬਾਦ 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 ਮਗਨ ਸਿਆਦਰੀ ਸੋਚ ਤੇ ਅਜੀਤ ਵੈਬੀ ਟੀਵੀ ਦੀ ਟੀਮ ਵੱਲੋਂ ਆਪ ਜੀ ਦਾ ਸਵਾਗਤ ਹੈ ਖੜਕੜ ਕਲਾਂ ਦੇ ਵਿਖੇ ਅੱਜ ਵੱਖ-ਵੱਖ ਪਾਰਟੀਆਂ ਵੱਲੋਂ ਸ਼ਹੀਦਾਂ ਨੂੰ ਜਿੱਥੇ ਸਜਦਾ ਕੀਤਾ ਜਾ ਰਿਹਾ ਉੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਹੁੰਚੇ ਹਨ ਜਿਨ੍ਹਾਂ ਵੱਲੋਂ ਸ਼ਹੀਦਾਂ ਨੂੰ ਸਜਦਾ ਕੀਤਾ ਗਿਆ ਤੇ ਆਓ ਉਹਨਾਂ ਦੇ ਆਪਾਂ ਵਿਚਾਰ ਸੁਣਦੇ ਹਾਂ ਤੇ ਖੜਕੜ ਕੜਕੜ ਕਲਾਂ ਧਰਤੀ ਮਹਾਨ ਧਰਤੀ ਦੇ ਉੱਤੇ ਅਸੀਂ ਆਮ ਆਦਮੀ ਪਾਰਟੀ ਦੇ ਐਸ்சி ਬੈਂਕ ਪੰਜਾਬ ਵੱਲੋਂ ਔਰ ਟ੍ਰੇਡ ਬੈਂਕ ਵੱਲੋਂ ਹਿੰਦੁਸਤਾਨ ਦੀ ਆਜ਼ਾਦੀ ਦੇ ਨ ਮਹਾਨ ਜੋਧਿਆਂ ਨੂੰ ਸੂਰਬੀਰਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਲਈ ਆਏ ਆ ਸਾਡੀ ਪੰਜਾਬ ਪਧਰ ਦੀ ਸਾਰੀ ਟੀਮ ਆਪਣੇ ਟ੍ਰੇਡ ਬੈਂਕ ਦੀ ਵੀ ਸਾਡੇ ਐਸ்சி ਬੈਂਕ ਦੀ ਵੀ ਔਰ ਅਸੀਂ ਅੱਜ ਇਹ ਅਹਿਦ ਕਰਨ ਲਈ ਆਏ ਆ ਕਿ ਜਿਹਨਾਂ ਆਕੀਦਿਆਂ ਦੀ ਪ੍ਰਾਪਤੀ ਦੇ ਲਈ ਜਿਹਨਾਂ ਸੁਪਨਿਆਂ ਨੂੰ ਸਕਾਰ ਕਰਨ ਦੇ ਲਈ ਭਗਤ ਸਿੰਘ ਰਾਜਗੁਰੂ ਸੁਖਦੇਵ ਹੁਣਾਂ ਨੇ ਚੜ੍ਹਦੀ ਜਵਾਨੀ ਦੇ ਅੰਦਰ ਫਾਂਸੀ ਦਾ ਰੱਸਾ ਚੁੰਮਿਆ ਜਿਹੜੀ ਆਜ਼ਾਦੀ ਅਜੇ ਵੀ ਲੋਕਾਂ ਦੇ ਘਰਾਂ 'ਚ ਨਹੀਂ ਪਹੁੰਚੀ ਦਰਕਾਰ ਆ ਉਸ ਆਜ਼ਾਦੀ ਦੀ ਪ੍ਰਾਪਤੀ ਲਈ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਅੱਜ ਇੱਥੇ ਆਹਦ ਕਰਨ ਲਈ ਆਏ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਆਪਣਾ ਦੇਸ਼ ਬੜੇ ਖਤਰਨਾਕ ਮੋੜ ਤੇ ਗੁਜ਼ਰ ਰਿਹਾ ਇੱਕ ਪਾਸੇ ਦੇਸ਼ ਦੇ ਅੰਦਰ ਫੈਡਰਲ ਢਾਂਚੇ ਨੂੰ ਇਸ ਸੰਗੀ ਢਾਂਚੇ ਨੂੰ ਤੋੜਿਆ ਜਾ ਰਿਹਾ ਇਸ ਦੇ ਜਿਹੜੇ ਸੰਵਿਧਾਨਿਕ ਮਤਲਬ ਜਿਹੜੇ ਹੈਗੇ ਆ ਕਈ ਦੇ ਉਹਨਾਂ ਨੂੰ ਮਿੱਟੀ ਵਿੱਚ ਮੋਲਿਆ ਜਾ ਰਿਹਾ ਦੇਸ਼ ਦੇ ਅੰਦਰ ਕਿਸਾਨ ਲਗਭਗ ਪਿਛਲੇ 1 ਸਾਲ ਤੋਂ ਸੜਕਾਂ ਦੇ ਉੱਤੇ ਅੰਦੋਲਨ ਕਰ ਰਹੇ ਆ ਵਿਸ਼ੇਸ਼ ਸੂਰਤੇ ਦਿੱਲੀ ਦੀਆਂ ਬਰੂਹਾਂ ਦੇ ਪਿਛਲੇ ਸਾਢੇ 3 ਮਹੀਨਿਆਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਰ ਰਹੇ ਆ ਦੇ ਕੇਂਦਰ ਦੇ ਅੰਦਰ ਇਹ ਕਹਿਆ ਸੀ ਸਰਕਾਰ ਬੈਠੀ ਹੈ ਜਿਹੜੀ ਸਰਕਾਰ 나ਗਪੁਰ ਤੋਂ ਚਲਦੀ ਹੈ ਤੇ ਜਿਹੜੀ ਐਸੀ ਵਿਚਾਰਧਾਰਾ ਨਾਲ ਗਲਾਨ ਹੈ ਜਿਹੜੀ ਵਿਚਾਰਧਾਰਾ ਸਮਾਜ ਦੇ ਅੰਦਰ ਦਸਾਂ ਨਵਾ ਦੀ ਕਿਰਤ ਕਰਨ ਵਾਲੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਕਰਦੀ ਹੈ ਘਾਟ ਗਿਣਤੀਆਂ ਦੇ ਖਿਲਾਫ ਹੈ ਔਰ ਖਾਸ ਕਰਕੇ ਦਲਤ ਲੋਕਾਂ ਦੇ ਖਿਲਾਫ ਜਿਹੜਾ ਅੱਜ ਜ਼ਬਰ ਤੇ ਜ਼ੁਲਮ ਸਾਰੇ ਦੇਸ਼ ਦੇ ਅੰਦਰ ਨੋਦੀ ਦੀ ਸਰਕਾਰ ਦੇ ਆਉਣ ਤੋਂ ਬਾਅਦ ਵਧਿਆ ਆ ਇਹ ਸਾਡੇ ਸਾਰੇ ਲਈ ਚਿੰਤਾ ਦਾ ਵਿਸ਼ਾ ਹੈ ਖਾਸ ਕਰਕੇ ਅੱਜ ਦੇ ਦਿਨ ਦੇ ਉੱਤੇ ਅਸੀਂ ਭਗਤ ਸਿੰਘ ਨੂੰ ਮੁਖਾਤਵ ਹੁੰਦੇ ਆ ਜ਼ਰੂਰ ਇਹ ਕਹਿਣਾ ਚਾਹੁੰਦੇ ਆ ਕਿ ਭਗਤ ਸਿੰਘ ਨੇ ਅਸੂਤਾ ਦੇ ਸਵਾਲ ਦੇ ਤੇ ਬਹੁਤ ਵੱਡਾ ਕਿਤਾਬਚਾ ਲਿਖਿਆ 23 ਸਾਲ ਦਾ ਬੱਚਾ ਜਿਹੜਾ ਇਹਨਾਂ ਜੀਨੀਅਸ ਹੋ ਸਕਦਾ ਇਹ ਕਲਪਨਾਮਾ ਤੋਂ ਭਰੇ ਆ ਭਗਤ ਸਿੰਘ ਤੇ ਉਹਦੇ ਸਾਥੀ ਸੋ ਇਸ ਕਰਕੇ ਅੱਜ ਅਸੀਂ ਦੇਸ਼ ਦੇ ਅੰਦਰ ਤੇ ਪੰਜਾਬ ਦੇ ਅੰਦਰ ਇੱਕ ਬਦਲਵੀਂ ਰਾਜਨੀਤੀ ਲੈ ਕੇ ਆਮ ਆਦਮੀ ਪਾਰਟੀ ਦੇਸ਼ ਦੇ ਲੋਕਾਂ ਨੂੰ ਮੁਖਾਤਬ ਹੋਈ ਆ ਔਰ ਇਸ ਹਾਲਾਤ ਦੇ ਅੰਦਰ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਰਾਜੇ ਦੀ ਸਰਕਾਰ ਆ ਜਿਹੜੀ ਸਰਕਾਰ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਤੇ ਆਈ ਆ ਜਿਨ੍ਹਾਂ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਜਿਨ੍ਹਾਂ ਨੇ ਮਾਫੀਆ ਰਾਜ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਤੇ ਵਿਸ਼ੇਸ਼ ਕਰਕੇ ਜਿਨ੍ਹਾਂ ਨੇ ਮਤਲਬ ਨਸ਼ਾ ਮਾਫੀਆ ਨੂੰ ਜਿਹੜਾ ਇਹ ਖਤਮ ਕਰਨ ਦੇ ਲਈ ਗੁਰਕਾ ਸਾਹਿਬ ਦੀ ਸੌਖਾ ਦੀ ਕਾਦੀ ਆ ਜੋ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਸੱਤਾ ਤੇ ਆਏ ਆ ਇੱਕ ਇੱਕ ਵਾਅਦਾ ਕਰਕੇ ਪੰਜਾਬ ਦੇ ਲੋਕਾਂ ਦਾ ਤੋੜਿਆ ਗਿਆ ਅਸੀਂ ਇਹ ਮਹਿਸੂਸ ਕਰਦੇ ਆਂ ਤੇ ਅੱਜ ਖਟਕੜ ਕਲਾਂ ਦੇ ਸਮਾਹਨ ਧਰਤੀ ਦੇ ਉੱਤੇ ਸਾਨੂੰ ਸਾਰਿਆਂ ਨੂੰ ਇਹਦ ਲੈਣਾ ਚਾਹੀਦਾ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਇੱਕ ਚੰਗੇ ਮਤਲਬ ਜਿਹੜਾ ਆ ਜਿੱਥੇ ਲੋਕਾਂ ਦੀ ਰੋਟੀ ਰੋਜ਼ੀ ਦੀ ਗਾਰੰਟੀ ਹੋਵੇ ਤੇ ਖਾਸ ਕਰਕੇ ਜਿਹਦਾ ਭਗਤ ਸਿੰਘ ਨੇ ਕਿਹਾ ਸੀਗਾ ਕਿ ਮੇਰਾ ਮਤਲਬ ਕੱਲਾ ਅੰਗਰੇਜ਼ਾਂ ਨੂੰ ਕੱਢ ਕੇ ਇੱਥੇ ਦੂਜੇ ਲੋਕ ਭਾਲਣਾ ਨਹੀਂ ਨਾ ਮਨੋਖਤੋਂ ਮਨੋਖ ਦੀ ਲੁੱਟ ਖਤਮ ਕਰਨ ਦਾ ਜਿਹੜਾ ਇਹ ਐਲਾਨ ਕਰਦਾ ਸੋ ਇਸ ਕਰਕੇ ਅੱਜ ਜਿਹੜੀ ਮਨੋਖਤੋਂ ਮਨੋਖ ਦੀ ਲੁੱਟ ਹੈ ਉਹ ਖਤਮ ਨਹੀਂ ਹੋਈ ਸਗੋਂ ਜ਼ਿਆਦਾ ਜਿਹੜੀ ਲੁੱਟ ਕੀਤੀ ਜਾ ਰਹੀ ਹੈ ਸੋ ਅੱਜ ਜਿਵੇਂ ਘੱਟ ਘੱਟ ਕਲਾਂ ਦੀ ਧਰਤੀ ਤੇ ਆਏ ਆ ਇਹ ਹੱਜ ਕਰਦੇ ਆ ਇਹ ਵੀ ਇਸ ਜ਼ਾਬਰ ਜ਼ੁਲਮ ਸਰਕਾਰਾਂ ਦੇ ਖਿਲਾਫ ਜਿਹੜੀਆਂ ਸਰਕਾਰਾਂ ਕਿਸਾਨਾਂ ਨੂੰ ਰੋਲ ਰਹੀਆਂ ਨੇ ਮਜ਼ਦੂਰਾਂ ਨੂੰ ਰੋਲ ਰਹੀਆਂ ਨੇ ਵਪਾਰੀਆਂ ਨੂੰ ਰੋਲ ਰਹੀਆਂ ਨੇ ਆੜਤੀਆਂ ਨੂੰ ਰੋਲ ਰਹੀਆਂ ਨੇ ਖਾਸ ਕਰਕੇ ਸਾਡੀ ਜਵਾਨੀ ਨੂੰ ਮਤਲਬ ਜਿਹੜੀ ਰਜ਼ਗਾਰ ਮੰਗਦੀ ਆ ਉਹਨੂੰ ਰੋਜ਼ ਕੁੱਟਿਆ ਜਾ ਰਿਹਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਜਿਹੜੇ ਸਾਡੇ ਹਾਕਮ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਲਾਸਣ ਲਾਂਦੇ ਆ ਕਿ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨ ਕੰਮ ਨਹੀਂ ਕਰਨਾ ਚਾਹੁੰਦੇ ਇਹੀ ਨੌਜਵਾਨ ਜਦੋਂ ਵਿਦੇਸ਼ਾਂ ਚ ਜਾਂਦੇ ਆ ਤਾਂ 12-18 ਘੰਟੇ ਉੱਥੇ ਕੰਮ ਕਰਕੇ ਲੋਕਾਂ ਨੂੰ ਆਪਣੀ ਪਤਵੇ ਦਾ ਜਿਹੜਾ ਆ ਉਹ ਸਬੂਤ ਦਿੰਦੇ ਆ ਸੋ ਪੰਜਾਬ ਦੇ ਅੰਦਰ ਲੋਕਾਂ ਦੇ ਹੁਨਰ ਦੀ ਕਦਰ ਨਹੀਂ ਕੀਤੀ ਜਾ ਰਹੀ ਇਸ ਕਰਕੇ ਅਸੀਂ ਬਦਲਾਅ ਚਾਹੁੰਦੇ ਆ ਪੰਜਾਬ ਦੇ ਅੰਦਰ ਅੱਜ ਸ਼ਹੀਦਾਂ ਨੂੰ ਸਲਾਮ ਕਰ ਲਈ ਆ ਆ ਸਰਦਾਰਾਂ ਦੇ ਬੁੱਲ ਪੇਂਡ ਕਰ ਲਈ ਆ ਦੁਬਾਰਾ ਇਹ عہد ਕਰਦੇ ਹੋਏ ਉਹਨਾਂ ਦੇ ਕੀਦਿਆਂ ਦਾ ਸੁਪਨਿਆਂ ਦਾ ਸਮਾਜ ਸਿਰਜਣ ਦੇ ਲਈ ਆਪਣੀ ਜ਼ਿੰਦਗੀ ਦਾ ਪਲ ਪਲ ਲਾਵਾਂਗੇ ਇਹ عہد ਕਰਦੇ ਹੋਏ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਮਹਾਨ ਧਰਤੀ ਦੇ ਇਕੱਠੇ ਹੋਏ ਆ ਤਾਂ ਕਿ ਅਸੀਂ ਆਪਣੀ ਸਿਰ ਨਿਵਾ ਸਕੀਏ ਸ਼ਹੀਦਾਂ ਦੇ ਅੱਗੇ ਸਿਰ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਛੜੀ ਜਵਾਨੀ ਚ ਆਪਣੀ ਕੁਰਬਾਨੀ ਕੀਤੀ ਅਸੀਂ ਸਾਰੇ ਹੁਣ ਚਾਹੁੰਦੇ ਆ ਕਿ ਕਿਉਂਕਿ ਭਗਤ ਸਿੰਘ ਬਹੁਤ ਮਸ਼ਹੂਰ ਨੇ ਤੇ ਸਾਰੇ ਉਹਨਾਂ ਨੂੰ ਜੋੜਨਾ ਚਾਹੁੰਦੇ ਆ ਸਾਰੇ ਉਹਨਾਂ ਨੂੰ ਆਪਣੇ ਨਾਲ ਨਾਲ ਜੋੜਨਾ ਚਾਹੁੰਦੇ ਆ ਪਰ ਜਿਹੜੇ ਉਹਨਾਂ ਦੇ ਦਿਮਾਗ ਦੀਆਂ ਗੱਲਾਂ ਸੀਗੀਆਂ ਜਿਹੜੀ ਉਹਨਾਂ ਦੀ ਛਾਵੇਂ ਸੀਗੀਆਂ ਜੋ ਉਹਨਾਂ ਦੀ ਸੋਚ ਸੀਗੀ ਉਹ ਸੋਚ ਸਾਡੇ ਵਾਸਤੇ ਬਿਲਕੁਲ ਮਹਿਣਾ ਨਹੀਂ ਕੋ ਰੱਖਦੀ ਉਹ ਗੱਲ ਕਰਦੇ ਸੀ ਯੂਨੀਵਰਸਲ ਬ੍ਰਦਰਹੁੱਡ ਦੀ ਮਤਲਬ ਅੰਤਰਰਾਸ਼ਟਰੀ ਭਾਈਚਾਰੇ ਦੀ ਗੱਲ ਕਰਦੇ ਸੀਗੇ ਜਿੱਥੇ ਕੋਈ ਉੱਚਾ ਨਾ ਹੋਵੇ ਕੋਈ ਨੀਚ ਨਾ ਹੋਵੇ ਕੋਈ ਸਾਡੀ ਪੜਾਈ ਸਭ ਨੂੰ ਮਿਲੇ ਸਿਹਤ ਸਭ ਨੂੰ ਮਿਲੇ ਸੋ ਇਹੋ ਜਿਹੇ ਗੱਲਾਂ ਕਰਦੇ ਸੀਗੇ ਉਹਨਾਂ ਦੀ ਜਿਹੜੀ ਸੋਚ ਸੀਗੀ ਅਸੀਂ ਸੋਚ ਨਾਲ ਕੋਈ ਜੋੜਨਾ ਨਹੀਂ ਚਾਹੁੰਦਾ ਕਿਉਂਕਿ ਸੋਚ ਦਾ ਜੋੜਨਾ ਬਹੁਤ ਔਖਾ ਹੁੰਦਾ ਹੈ ਤੇ ਉਹਨਾਂ ਦੇ ਵੈਸੇ ਹੀ ਕਹਿਣਾ ਕਿ ਉਹ ਰੈਵੋਲਿਊ셔ਨਰੀ ਸੀ ਕੱਲੇ ਤੇ ਉਹਨਾਂ ਦੀ ਉਹਨਾਂ ਨੂੰ ਨੀਵਾ ਕਰਨ ਵਾਲੀ ਗੱਲ ਹੋਏਗੀ ਕਿਉਂਕਿ ਸਿਰ ਰੈਵੋਲਿਊਸ਼ਨ ਨਹੀਂ ਸੀਗੇ ਉਹ ਸਿਰਫ ਉਹਨਾਂ ਹਥਿਆਰ ਨਹੀਂ ਚੁੱਕਿਆ ਸਿਰਫ ਉਹਨਾਂ ਬੰਬ ਨਹੀਂ ਸੁੱਟਿਆ ਸਿਰਫ ਉਹਨਾਂ ਗੋਲੀ ਨਹੀਂ ਚਲਾਈ ਉਹਨਾਂ ਦੀ ਸੋਚ ਬਹੁਤ ਜ਼ਿਆਦੀ ਸੀਗੀ ਔਰ ਜੇਸ ਟਾਈਮ ਤੇ ਸਾਡੇ ਵਰਗੇ ਆਪਣਾ ਨੱਕ ਨਹੀਂ ਸਾਨੂੰ ਪੁੰਜਣਾ ਹੁੰਦਾ ਹੁੰਦਾ 23 ਸਾਲ ਦੀ ਉਮਰ ਚ ਉਹ ਸ਼ਹੀਦ ਹੋ ਗਏ ਔਰ ਜੋ ਜੋ ਲਿਖਤਾ ਹੁਨਾਂ ਦੀਆਂ ਜੇ ਪੜੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਇੰਨੀ ਉੱਚੀ ਸੋਚ ਇੱਕ ਛੋਟੇ ਜਿਹੇ ਬੱਚੇ ਦੀ ਹੋ ਸਕਦੀ ਹੈ ਸੋ ਮੈਂ ਸਭ ਦੇ ਅਗੇ ਬੇਨਤੀ ਕਰਾਂਗਾ ਕਿ ਸਿਰਫ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹਨੂੰ ਲੈ ਕੇ ਨਾ ਚੱਲੀਏ ਆਪਾਂ ਸਿਰਫ ਇਹ ਤਾਂ ਸੋਚੀਏ ਕਿ ਭਾਜਪਾ ਵੀ ਸਾਂਭ ਲੇ ਉਹਨਾਂ ਨੂੰ ਤੇ ਕਾਂਗਰਸ ਵੀ ਸਾਂਭ ਲੇ ਉਹਨਾਂ ਦੇ ਖਿਆਲ ਨੇ ਖਿਆਲਾਂ ਦੇ ਨਾਲ ਚੱਲੀਏ ਜੋ ਸੋਸ਼ਲਿਸਟਿਕ ਖਿਆਲ ਸੀਗੇ ਉਹਨਾਂ ਦੇ ਜਿੱਦੇ ਵਿੱਚ ਚਾਹੁੰਦੇ ਸੀਗੇ ਸਭ ਨੂੰ ਪੜ੍ਹਾਈ ਮਿਲੇ ਸਭ ਨੂੰ ਚੰਗੀ ਸਿਹਤ ਮਿਲੇ ਸਭ ਨੂੰ ਚੰਗਾ ਇੱਕ ਪ੍ਰਸ਼ਾਸਨ ਮਿਲੇ ਕੋ ਉੱਚ-ਨੀਚ ਨਾ ਹੋਵੇ ਕੋ ਹਿੰਦੂ-ਮੁਸਲਮ ਨਾ ਹੋਵੇ ਉਹਦੇ ਖਿਆਲ ਸੀਗੇ ਉਹ ਖਿਆਲ ਆ ਕੇ ਚਲੀ ਗਏ ਔਰ ਇੱਕ ਖਿਆਲ ਜੜੇ ਨੇ ਆਮ ਆਦੀ ਪਾਰਟੀ ਬਹੁਤ ਚੰਗੇ ਤਰੀਕੇ ਨਾਲ ਦਿੱਲੀ ਵਿੱਚ ਨਿਭਾਰੀ ਹੈ ਤੁਸੀਂ ਸਭ ਪਲੀ ਪਾਂਤੀ ਜਾਣਦੇ ਹੋ ਕਿ ਨੇ ਚੰਗੇ ਤਰੀਕੇ ਨਾਲ ਸਾਰੇ ਜਨੇ ਮੈ ਤੁਹਾਨੂੰ ਗਿਣਾਏ ਨੇ ਇਨ੍ਹਾਂ ਕੰਮਾਂ ਤੇ ਕੇਜਰੀਵਾਲ ਦੀ ਸਰਕਾਰ ਬਹੁਤ ਚੰਗੀ ਤਰ੍ਹਾਂ ਨਿਭਾਰੀ ਹੈ ਔਰ ਇਹ ਮੈਂ ਚਾਹੁੰਨਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਟਾਈਮ ਆਵੇ ਜਦੋਂ ਸਾਰੇ ਰੇਟ ਮਾਫੀਆ ਸ਼ਰਾਬ ਮਾਫੀਆ ਟਰਾਂਸਪੋਰਟ ਮਾਫੀਆ ਬੰਦ ਹੋਵੇ ਤੇ ਅਸੀਂ ਹਜ਼ਾਰਾਂ ਕਰੋੜ ਰੁਪਏ 25 30 ਹਜ਼ਾਰ ਕਰੋੜ ਰੁਪਏ ਅਸੀਂ ਕਟੋ-ਕਾਟੇ ਨਾਲ ਕੰਮਾਂ ਚੋਂ ਕਮਾ ਸਕਦੇ ਆ ਤੇ ਜੇ ਅਸੀਂ ਇਹਨੂੰ ਸਰਕਾਰ ਕੰਟਰੋਲ ਕਰ ਲੇਤੇ ਔਰ ਸਾਰੇ ਪ੍ਰਾਂਤਾਂ ਦਾ ਵਿਕਾਸ ਬਹੁਤ ਸੋਹਣੇ ਤਰੀਕੇ ਨਾਲ ਹੋਦਾ ਲੋਨ ਵੀ ਲੱਗ ਸਕਦੇ ਨੇ ਸੋ ਮੇਰੀ ਇਹ ਹੀ ਬੇਨਤੀ ਹੈ ਕਿ ਆਪਾਂ ਉਹਨਾਂ ਦੇ ਖਿਆਲਾਂ ਦੇ ਨਾਲ ਚੱਲੀਏ ਉਹਨਾਂ ਦੀ ਸ਼ਖਸੀਅਤ ਦੇ ਜਿਹੜੇ ਦਿਮਾਗ ਸੀਗੀ ਗੱਲਾਂ ਸਿਰਫ ਇਹਨਾਂ ਵੇਖੀਏ ਕਿ ਸਿਰ ਤੇ ਪੱਗ ਸੀ ਕਿ ਨਹੀਂ ਸੀ ਉਹਨਾਂ ਦੇ ਪੱਗ ਇਨੀ ਕਿਨਕੀ ਗੱਲਾਂ ਵਾਲਾ ਨਹੀਂ ਜਾਏਗੇ ਅਸੀਂ ਜਾਈਏ ਦਿਮਾਗ ਕੀ ਸੀਗਾ ਕੀ ਕੀ ਭਰਿਆ ਸੀਗਾ ਇੱਕ 17 ਸਾਲ ਦਾ ਬੱਚਾ 23 ਸਾਲ ਦਾ ਬੱਚਾ ਸ਼ਹੀਦ ਹੋ ਜਾਂਦਾ ਤੇ ਉਹ ਉਹਨਾਂ ਤੋਂ ਪਹਿਲਾਂ ਵੀ ਫਿਰ ਇੱਕ ਖਾਸ ਕਿਉਂ ਨੇ ਇੱਕ ਖਾਸ ਐਸਲੀ ਨੇ ਕਿ ਸੋਚ ਖਾਸ ਸੀ ਸੋਚ ਸੋਚਣਾ ਜੁੜੀਏ ਬਾਕੀ ਮੈਂ ਚਾਹਾਂਗਾ ਅਸੀਂ ਕਿ ਅਸੀਂ ਸਾਰੇ ਅੱਜ ਨੂੰ ਸਰਦਾ ਦੇ ਫੁੱਲ ਜਿਹੜੇ ਨਹੀਂ ਵੀ ਆਏ ਇੱਥੇ ਉਹ ਵੀ ਪੇਂਟ ਆਪਣੇ ਕਰਨ ਕਰ ਕਰਨ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੀਰ ਸਿੰਘ ਨੂਰਪੁਰ ਮੇਰੇ ਨਾਲ ਕੈਮਰਾਮੈਨ ਗੁਰਜਿੰਦਰ ਸਿੰਘ ਗੁਰੂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਪੀਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ